ਪੁਲਿਸ ਨੇ ਲੇਡੀ ਐਸ ਐਚ ਓ ਤੇ ਵੱਡੀ ਕਾਰਵਾਈ ਕਰ ਦਿੱਤੀ ਹੈ ਜੀ ਹਾਂ ਨਸ਼ਿਆਂ ਨੂੰ ਲੈ ਕੇ ਲਗਾਤਾਰ ਪੰਜਾਬ ਪੁਲਿਸ ਜਿਹੜੀ ਹੈ ਉਹ ਸਖਤ ਹੋਈ ਹੈ ਔਰ ਆਏ ਦਿਨ ਹੀ ਐਕਸ਼ਨ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਸੋ ਇੱਕ ਅਜਿਹਾ ਮਾਮਲਾ ਮੋਗੇ ਦੇ ਕੋਰਟ ਈਸਾਖਨ ਥਾਣੇ ਤੋਂ ਸਾਹਮਣੇ ਆਇਆ ਹੈ ਜਿੱਥੇ ਐਸ ਐਚ ਓ ਅਰਸ਼ਪ੍ਰੀਤ ਕੌਰ ਗਰੇਵਾਲ ਸਮੇਤ ਚਾਰ ਲੋਕਾਂ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਜੀ ਹਾਂ ਇਲਜ਼ਾਮ ਲੱਗੇ ਨੇ ਕਿ ਅ ਅਫੀਮ ਦੇ ਆ ਦੋਸ਼ਾ ਹਿੱਟ ਰੈਸਟ ਕੀਤੇ ਦੋਸ਼ੀਆਂ ਨੂੰ ਛੱਡਣ ਦੇ ਵਾਸਤੇ ਐਸਐਚਓ ਅਰਸ਼ਪ੍ਰੀਤ ਕੌਰ ਨੇ ਰਿਸ਼ਵਤ ਲਈ ਹੈ ਇਲਜ਼ਾਮ ਲਾਇਏ ਨੇ ਔਰ ਐਫਆਈਆਰ ਵੀ ਦਰਜ ਹੋ ਚੁੱਕੀ ਹੈ ਤੁਹਾਨੂੰ ਦੱਸਦੀ ਕਿ 2 ਕਿਲੋ ਅਫੀਮ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ 2 ਕਿਲੋ ਅਫੀਮ ਦੀ ਬਰਾਮਦਗੀ ਦਿਖਾਈ ਗਈ ਹੈ ਜਦ ਕਿ 3 ਕਿਲੋ ਅਫੀਮ ਜਿਹੜੀ ਬਰਾਮਦ ਕੀਤੀ ਗਈ ਸੀ ਔਰ ਜਿਸ ਬੰਦੇ ਦੇ ਕੋਲੋਂ ਅਫੀਮ ਬਰਾਮਦ ਹੋਈ ਹੈ ਉਹਦੇ ਨਾਲ ਸਾਥੀ ਵੀ ਸੀਗੇ ਦੋ ਜਣੇ ਔਰ ਉਹਨਾਂ ਨੂੰ ਛੱਡਣ ਦੇ ਵਾਸਤੇ 8 ਲੱਖ ਰੁਪਏ ਦੇ ਵਿੱਚ ਸੌਦਾ ਹੋਇਆ ਸੀ ਔਰ 5 ਲੱਖ ਰੁਪਏ ਦੀ ਵਸੂਲਗੀ ਕਰ ਲਈ ਗਈ ਸੀ ਔਰ ਬਾਕੀ ਦੇ ਪੈਸੇ ਲੈਣੇ ਬਾਕੀ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਵੱਡੀ ਕਾਰਵਾਈ ਹੋ ਚੁੱਕੀ ਹੈ ਇਹ ਇਲਜ਼ਾਮ ਲੇਡੀ ਐਸਐਚ ਉਹ ਅਰਸ਼ਪ੍ਰੀਤ ਕਾਰ ਗਰੀਬਾਲ ਤੇ ਲਗਾਏ ਜਾ ਰਹੇ ਨੇ ਕੋਟ ਇਸੇ ਖਾਂ ਮੋਗੇ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਹੁਣ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਐ ਐਫ ਆਈ ਆਰ ਦਰਜ ਕਰ ਦਿੱਤੀ ਐ ਲੇਡੀ ਐਸ ਐਚ ਓ ਸਣੇ ਚਾਰ ਹੋਰ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਕਥਿਤ ਦੋਸ਼ੀਆਂ ਨੂੰ ਛੱਡਣ ਦੇ ਵਾਸਤੇ ਰਿਸ਼ਵਤ ਮੰਗੀ ਗਈ ਹੈ ਰਿਸ਼ਵਤ ਲਈ ਗਈ ਹੈ ਇਹ ਇਲਜ਼ਾਮ ਲੇਡੀ ਐਸਐਚਓ ਅਰਸ਼ਪ੍ਰੀਤ ਕੌਰ ਗਰੀਵਾਲ ਤੇ ਲੱਗੇ ਨੇ ਕਿ 8 ਲੱਖ ਰੁਪਏ ਦੇ ਵਿੱਚ ਸੌਦਾ ਹੋਇਆ ਸੀ ਔਰ 5 ਲੱਖ ਰੁਪਏ ਲੈ ਲਏ ਗਏ ਔਰ ਬਾਕੀ ਦੇ 3 ਲੱਖ ਲੈਣੇ ਅਜੇ ਬਾਕੀ ਸੀ ਔਰ ਅਫੀਮ ਦੀ ਬਰਾਮਦਗੀ ਜਿਹੜੀ ਹੈ ਆ ਉਹ ਤਿੰਨ ਲੋਕਾਂ ਤੋਂ ਹੋਈ ਹੈ ਜਦਕਿ 3 ਕਿਲੋ ਫੀਮ ਸੀ 2 ਕਿਲੋ ਫੀਮ ਇੱਕ ਹੀ ਬੰਦੇ ਤੇ ਪਾ ਕੇ ਦਿਖਾ ਦਿੱਤੀ ਗਈ ਔਰ ਬਾਕੀਆਂ ਨੂੰ ਛੱਡਣ ਦੇ ਵਾਸਤੇ ਹੀ ਇਹ 8 ਲੱਖ ਰੁਪਏ ਦੇ ਵਿੱਚ ਸੌਦਾ ਕੀਤਾ ਗਿਆ ਸੀ ਜਿਸ ਦੇ ਵਿੱਚੋਂ 5 ਲੱਖ ਰੁਪਏ ਲੈ ਲਏ ਗਏ ਔਰ ਬਾਕੀ ਦੇ 3 ਲੱਖ ਜੇ ਲੈਣੇ ਬਾਕੀ ਸੀ ਪਰ ਉਸ ਤੋਂ ਪਹਿਲਾਂ ਕਿ ਇਹ ਮਾਮਲਾ ਪੁਲਿਸ ਦੇ اعلی ਅਧਿਕਾਰੀਆਂ ਦੇ ਕੋਲ ਪਹੁੰਚ ਜਾਂਦਾ ਹੈ ਤਾਂ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਮਾਮਲਾ ਦਰਜ ਕਰ ਦਿੱਤਾ ਗਿਆ ਐਫ ਆਈ ਆਰ ਵੀ ਦਰਜ ਹੋ ਚੁੱਕੀ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਆਂ ਵੱਡੇ ਇਲਜ਼ਾਮਾਂ ਦੇ ਕੇਰੇ ਦੇ ਵਿੱਚ ਲੇਡੀ ਐਸ ਐਚਓ ਅਰਸ਼ਪ੍ਰੀਤ ਕਾਰ ਕਿਰ ਚੁੱਕੇ ਨੇ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਰਿਸ਼ਵਤ ਲੈ ਕੇ ਡਰੱਗ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਛੱਡਿਆ ਗਿਆ ਇਹ ਵੱਡੇ ਇਲਜ਼ਾਮ ਜਿਹੜੇ ਨੇ ਉਹ ਲੱਗੇ ਨੇ ਜਦਕਿ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 3 ਕਿਲੋ ਫੀਮ ਦੀ ਬਰਾਮਦਗੀ ਹੋਈ ਜਿਸ ਦੇ ਵਿੱਚੋਂ ਸਿਰਫ 2 ਕਿਲੋ ਫੀਮ ਦੀ ਬਰਾਮਦਗੀ ਇੱਕੋ ਹੀ ਬੰਦੇ ਤੇ ਪਾ ਦਿੱਤੀ ਗਈ ਇਹ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਨੇ ਇਹ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਹਾਲਾਂਕਿ ਇਸ ਦੇ ਉੱਪਰ ਕਾਰਵਾਈ ਜੁੜੀ ਹੈ ਉਹ ਕਰ ਦਿੱਤੀ ਹੈ ਐਫ ਆਈ ਆਰ ਦਰਜ ਹੋ